ਮਿੱਤਰਾਂ ਦੇ ਟਿਊਬਵੈਲ ਤੇ ਲੀੜੇ ਧੋਣ ਦੇ ਬਹਾਨੇ ਆ ਜਾਨੀ ਮਿੱਤਰਾਂ ਦੇ ਟਿਊਬਵੈਲ ਤੇ ਕਿਵੇਂ ਨਿੰਮ ਠੀਕ ਆ ਮੈਂ ਤਾਂ ਭੌਂਪੂ ਵੀ ਹੌਲੀ ਵਜਾਉਣਾ ਕਿਤੇ ਤੇਰਾ ਡੈਡੀ ਨਾ ਸੁਣ ਕੇ ਦੁੱਧ ਪਾਉਣ ਆ ਜੇ ਜ਼ਿਆਦਾ ਗੱਲਾਂ ਨਾ ਕਰ ਫਟਾਫਟ ਦੁੱਧ ਪਾ ਕਿਤੇ ਮੇਰਾ ਡੈਡੀ ਆ ਜੇ ਓ ਕੋਈ ਨਾ ਪਹਿਲਾਂ ਤੇਰੇ ਦੁੱਧ ਵਰਗੇ ਦਰਸ਼ਨ ਤਾਂ ਕਰ ਲਾਂ ਮੈਂ ਤਾਂ ਇਸ ਕਰਕੇ ਪੈਸੇ ਵੀ ਨਹੀਂ ਲੈਂਦਾ ਤੇਰੇ ਦਰਸ਼ਨਾਂ ਵੱਟੀ ਦੁੱਧ ਪਾ ਜਾਂਦਾ ਜੇ ਤੇਰੀਆਂ ਗੱਲਾਂ ਮੇਰੇ ਡੈਡੀ ਨੇ ਸੁਣ ਲਿਆ ਨਾ ਤੈਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ ਫੇਰ ਤੈਨੂੰ ਕਿਸੇ ਨੇ ਬੇਰਾ ਮੱਟੀ ਨਹੀਂ ਪਛਾਣਨਾ ਗੱਲ ਸੁਣੋ ਦੋਜੀਆ ਹਾਂਜੀ ਦੁੱਧ ਪਾਣ ਚ ਇੰਨੀ ਦੇਰ ਕਿਉਂ ਲਾਤੀ ਓ ਭਾਂਡਾ ਗਿੱਲਾ ਸੀਗਾ ਜੀ ਉਹ ਸੁਕਾ ਰਹੇ ਸੀ ਦੁੱਧ ਕਿਹੜਾ ਤੇਰਾ ਸੁੱਕਾ ਹੁੰਦਾ ਹੈ ਜਿਹੜਾ ਭਾਂਡਾ ਸੁਕਾ ਰਿਹਾ ਸੀ ਤੂੰ ਫਿਰ ਤੁਸੀਂ ਕਹਿਣਾ ਸੀ ਵੀ ਦੁੱਧ ਖਰਾਬ ਹੋ ਗਿਆ ਜੀ ਕਿਉਂ ਭਾਂਡਾ ਲੱਸੀ ਨਾਲ ਧੋਇਆ ਹੋਇਆ ਜਿਹੜਾ ਜਾਗ ਲੱਗ ਜੂ ਦੁੱਧ ਨੂੰ ਹੈ ਲਿਆ ਕੁੜੀਏ ਫੜਾ ਪਤੀਲਾ ਚੱਲ ਅੰਦਰ ਤੂੰ ਚਾਚਾ ਤੇਰੇ ਨਹੀਂ ਪਤਾ ਲੱਗਦਾ ਕਦੇ ਕਹਿਣਾ ਦੁੱਧ ਚ ਪਾਣੀ ਪਾਉਣਾ ਕਦੇ ਕੁਛ ਕਦੇ ਕੁਛ ਗੱਲ ਸੁਣ ਮੇਰੀ ਧਿਆਨ ਨਾਲ ਤੂੰ ਦੁੱਧ ਤੱਕ ਹੀ ਸੀਮਿਤ ਰਿਹਾ ਕਰ ਨਹੀਂ ਨਾਸਾ ਭਾਂਦੂ ਮੈਂ ਤੇਰੀਆਂ ਹਾਂ ਜੇ ਭਾਂਡਿਆਂ ਤੱਕ ਪੁੱਜਿਆ ਤਾਂ ਨਹੀਂ ਕਿਸੇ ਦਿਨ ਮੈਂ ਭਾਂਡੇ ਚ ਬਾਲ ਕੇ ਰੱਖ ਦੂੰ ਤੈਨੂੰ ਉਹ ਚਾਚਾ ਮੈਂ ਤੈਨੂੰ ਦੁੱਧ ਪਾਈ ਜਾਣਾ ਤੂੰ ਲਾਹਨ ਤਾਂ ਹੀ ਪਾਈ ਜਾਣਾ ਵੈਸੇ ਵੀ ਜਿਹੜੇ ਬੰਦੇ ਕੋਲੇ ਜੋ ਚੀਜ਼ ਹੁੰਦੀ ਆ ਉਹੀ ਪਾਉਂਦਾ ਮੈਂ ਪਤੀਲਾ ਮਾਰੂ ਘੁਮਾ ਕੇ ਮੱਥੇ ਤੇ ਆ ਦੁੱਧ ਨਾ ਡੋਲੋ ਜੇ ਮੇਰੇ ਕੋਲੇ ਹੋਰ ਹੈ ਵੀ ਨਹੀਂ ਫਿਰ ਮਾਰੂ ਚਾਹ ਹੀ ਪੀਓਗੇ ਆਹੋ ਇਹ ਕਾਹਨੂੰ ਬਚਾਇਆ ਉਹੀ ਬਚ ਗਿਆ ਸੀ ਮੈਂ ਕਿਹਾ ਜਨਾਬ ਇਹ ਤਾਂ ਭਲਾ ਮਾਸ ਬੰਦਾ ਹੈ ਮੈਂ ਕਿਹਾ ਰੱਬ ਦਾ ਦਿੱਤਾ ਇਹਦੇ ਕੋਲ ਸਭ ਕੁਛ ਹੈ ਮੈਂ ਤੁਹਾਨੂੰ ਦੱਸਾਂ ਮੈਂ ਕਿਹਾ 30 ਕਿੱਲਿਆਂ ਦਾ ਮਾਲਕ ਹੈ ਇਹ ਤਾਂ ਵਰਦੀ ਇਹਨੇ ਭਲਾਈ ਦੇ ਕੰਮਾਂ ਵਾਸਤੇ ਪਾਈ ਆ ਮੈਂ ਤੁਹਾਨੂੰ ਦੱਸਾਂ ਆਏ ਹੋਏ ਜੇ ਕਿਤੇ ਮੇਰੇ ਕੋਲ ਹੁੰਦਾ 2.5 ਕਿੱਲੇ ਮੈਂ ਸਵਾਦ ਆ ਜਾਂਦਾ ਨਹੀਂ ਗੱਲ ਹੈ ਇੱਕ ਸ਼ਟ ਅਪ ਗੱਟ ਆਊਟ ਬਾਹਰ ਚੱਲ ਦੁੱਧ ਦਾ ਗਲਾਸ ਫੜਾਉਂਦੀ ਦਾਨੀ ਹੱਥ ਕੁੱਟ ਲਿਆ ਜੇਠ ਨੇ ਦੁੱਧ ਦਾ ਗਲਾਸ ਫੜਾਉਂਦੀ ਦਾਨੀ ਹੱਥ ਕੁੱਟ ਲਿਆ ਜੇਠ ਨੇ ਓ ਮੱਕਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਰੁਕ ਰੁਕ ਸਤਿ ਸ਼੍ਰੀ ਅਕਾਲ ਉਹ ਨਿੰਮੋ ਕਹਿੰਦੀ ਸੀ ਤੇਰੇ ਦੁੱਧ ਦੇ ਸਾਡੇ ਵੱਲ ਹੋ ਗਏ ਆ 2,500 ਰੁਪਏ ਆ 2,000 ਰੱਖ ਲੈ 500 ਅਗਲੇ ਮਹੀਨੇ ਲੈ ਲਈ ਨਹੀਂ ਚਾਚਾ ਤੁਸੀਂ ਐ ਕਰੋ ਮੇਰੇ ਵੱਲੋਂ ਨਿੰਮੋ ਨੂੰ ਕੱਪੜੇ ਸਵਾ ਦਿਓ ਕਿਉਂ ਤੂੰ ਫੁੱਫੜ ਲੱਗਦਾ ਨਿੰਮੋ ਦਾ ਜਿਹੜਾ ਕੱਪੜੇ ਸਵਾ ਕੇ ਦੇਗਾ ਰੱਖ ਆਪਣੇ ਪੈਸੇ ਲੱਗਦਾ ਤੁਹਾਡੇ ਘਰ ਦਾ ਪਰਾਉਣਾ ਹੀ ਹਾਂ ਹਾਂ ਕੁਛ ਨਹੀਂ ਜੀ ਤੁਸੀਂ ਰੱਖੋ ਜੀ ਐ ਕਰਿਓ ਤੁਸੀਂ ਕੁਛ ਖਾ ਪੀ ਲਿਓ ਜੀ ਆਪ ਉਹ ਗੱਲ ਸੁਣੋ ਏ ਦੋਜੀਆ ਮੇਰਾ ਨਾਂ ਹੀ ਸਾਧੂ ਹੈ ਮੈਂ ਊ ਸਾਧੂ ਨਹੀਂ ਹੈ ਜਿਹੜਾ ਮੁਫਤ ਖਾਂਦਾ ਫੇਰਾ ਆਪਣੇ ਪੈਸੇ ਫੜ ਤੂੰ ਚਲੋ ਐ ਕਰੋ ਜੀ ਫਿਰ 101 ਰੁਪਿਆ ਦੇ ਦੋ ਮੈਂ ਦੁੱਧ ਦੇ ਪੈਸੇ ਦੇਣੇ ਐ ਕੋਈ ਸ਼ਗਨ ਨਹੀਂ ਪਾਣਾ ਚਲੋ ਫਿਰ 2 ਮਹੀਨੇ ਠਹਿਰ ਕੇ ਸਹੀ ਪਾਉਂਗੇ ਤਾਂ ਸ਼ਗਨ ਹੀ ਮੈਨੂੰ ਖਰਚਾ ਤੇਰੀ ਖਰਚਾ ਹੁਣ ਜਾਈ ਨਾ ਖਰਚਾ ਹੱਥ ਨਹੀਂ ਛੱਡਦਾ ਇਹਨੇ ਮੂੰਹ ਮੇਰਾ ਕੁੜਤਾ ਸੀ ਉਹ ਕਿੱਥੇ ਹੈ ਡੈਡੀ ਜੀ ਉਹ ਤਾਂ ਮੈਂ ਅੰਦਰ ਰੱਖਿਆ ਹੀ ਉਹ ਮੈਂ ਟੋਲਦਾ ਮਰ ਗਿਆ ਝੋਲੇ 'ਚ ਜਾ ਲਿਆ ਦਿਖਾ ਮੈਨੂੰ ਦੇਖ ਕੇ ਭੁੱਖ ਲੈਂਦੀ ਹੈ ਆਹੋ ਉਹ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਕਿੱਥੇ ਦੀ ਤਿਆਰੀ ਕਿੱਧਰ ਨੂੰ ਚੱਲੇ ਮੈਂ ਕਿੱਧਰ ਜਾਣਾ ਹੈ ਤੁਸੀਂ ਚੱਲੋ ਤੂੰ ਕੀ ਦੇਖਦਾ ਬਿੱਟਰ ਬਿੱਟਰ ਤੂੰ ਵੀ ਚੱਲ ਸਾਲਿਆ ਉਹ ਚਾਚਾ ਕਮਾਲ ਹੈ ਤੂੰ ਤਾਂ ਜਾਣੀ ਜਾਣਾ ਤੈਨੂੰ ਕਿਵੇਂ ਪਤਾ ਲੱਗਿਆ ਤੇਰਾ ਸਾਲਾ ਔਰ ਇਹੀ ਤਾਂ ਤੈਨੂੰ ਅੱਜ ਦੇਖਣਾ ਹੈ ਆਪਦੀ ਭੈਣ ਵਾਸਤੇ ਸੱਚੀ ਹਾਂ ਫਿਰ ਦੇਖਦੇ ਕੀ ਉਹ ਬੈਠੋ ਬੈਠਦੇ ਓਏ ਇੱਥੇ ਕਿਉਂ ਬਹਿ ਗਿਆ ਪਤੰਦਰਾ ਮੈਂ ਤੈਨੂੰ ਬੈਠ ਨੂੰ ਕਿਹਾ ਜੰਗਲ ਪਾਣੀ ਜਾਣ ਨੂੰ ਨਹੀਂ ਕਿਹਾ ਇੱਥੇ ਬੈਠ ਇੱਧਰ ਆ ਜਾ ਅੱਛਾ ਜੀ ਨਿੰਮੋ ਚਾਹ ਪਾਣੀ ਲਿਆਈ ਹਾਂਜੀ ਡੈਡੀ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ। ਇਹ ਐਦਾਂ ਕਿਉਂ ਝਾਂਕਦਾ ਹੈ? ਜਦੋਂ ਕਿਸੇ ਝੋਟੇ ਨੂੰ ਦੇਖ ਲੈਂਦਾ ਜੀ, ਬਸ ਐਂ ਅੱਡੀਆਂ ਰਹਿ ਜਾਂਦੀਆਂ ਜੀ ਇਹਦੀਆਂ। ਇਹਦਾ ਮਤਲਬ ਮੈਂ ਝੋਟਾ ਹੈ? ਨਹੀਂ ਜੀ, ਦਰਅਸਲ ਇਹ ਬਚਪਨ ਦੇ ਵਿੱਚ ਸੀ ਜਦੋਂ ਇਹਦੇ ਮਗਰ ਝੋਟਾ ਪੈ ਗਿਆ ਸੀਗਾ ਜੀ। ਇਹਦੀਆਂ ਡਰ ਨਾਲ ਅੱਖਾਂ ਅਸੀਂ ਅੱਡੀਆਂ ਰਹਿ ਗਈਆਂ ਜੀ, ਬਸ ਇੱਥੇ ਐਡਜਸਟ ਹੋ ਗਈਆਂ। ਇਹਦੀ ਭੈਣ ਦੀ ਮਗਰ ਤਾਂ ਨਹੀਂ ਕੋਈ ਡੰਗਰ ਪਛਾ ਪਿਆ? ਕਿਤੇ ਉਹਦੀਆਂ ਵੀ ਅੱਖਾਂ ਐਂ ਹੋਣ? ਨਹੀਂ ਜੀ ਨਹੀਂ, ਉਹ ਤਾਂ ਠੀਕ ਹੈ ਜੀ। ਸਿਆਣਿਆਂ ਨੇ ਕਿਹਾ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਜ਼ਰੂਰੀ ਹੈ। ਇਹ ਕਿਹਨੇ ਕਹਤਾ ਜੀ? ਤੁਹਾਡੇ ਘਰ 'ਚ ਲੱਗਦਾ ਤਾਂ ਹੈ ਨਹੀਂ ਸਿਆਣਾ ਕੋਈ। ਮੈਂ ਬਿਨਾਂ ਸਿਆਣਿਆਂ ਤੋਂ ਹੋ ਗਿਆ? ਮੇਰੀ ਬੇਬੇ ਕਹਿੰਦੀ ਹੁੰਦੀ ਸੀ, ਹਾਂਜੀ ਰੱਬ ਦਾ ਨਾਂ ਲੈਂਦੇ ਆ। ਚਲੋ ਲਓ ਜੀ ਫਿਰ। ਹਾਂਜੀ ਰੱਬ ਦਾ ਨਾਂ ਲੈਂਦੇ ਆ। ਚਲੋ ਤੁਸੀਂ ਤਾਂ ਰੱਬ ਦਾ ਨਾਂ ਲਓ। ਲੈ ਲਿਆ ਜੀ। ਮੈਂ ਸੋਚਿਆ ਸੀ ਤੁਸੀਂ ਸ਼ੁਰੂ ਕਰੋਗੇ। ਹਾਂਜੀ ਮੈਂ ਤਾਂ ਲੈ ਲਿਆ ਸੀ। ਚਲੋ ਫਿਰ ਮੇਰਾ ਵੀ ਹੋ ਗਿਆ। ਹਾਂਜੀ ਚੱਲ ਬੂਟੇ ਤੂੰ, ਮੈਂ ਆਉਣਾ। ਆ ਹੋਰ ਲੈ ਚੱਕ, ਇਹ ਕਿਹੜਾ ਹਜਮ ਹੋਣਾ ਕਿਸੇ ਦੇ। ਧੀਏ ਤੂੰ ਵੀ ਚੱਲ। ਚਲੋ ਜੀ ਫਿਰ ਤਾਂ ਮੈਂ ਵੀ ਚੱਲਦਾ। ਇੱਕ ਮਿੰਟ ਇੱਕ ਮਿੰਟ, ਇਹ ਆ ਫੜੋ। ਇਹ ਸ਼ਗਨ ਦੇ ਰਹੇ ਚਾਚਾ? ਪਹਿਲਾਂ ਤਾਂ ਕਦੇ ਮੰਗੇ ਤੋਂ ਵੀ ਨਹੀਂ ਦਿੰਦਾ। ਇਹ ਸ਼ਗਨ ਨਹੀਂ, ਡਾਕਟਰ ਦੀ ਫੀਸ ਹੈ, ਮੁੰਡੇ ਦਾ ਇਲਾਜ ਕਰਾਓ। ਜੇ ਤਾਂ ਇਹਦੀਆਂ ਅੱਖਾਂ ਠੀਕ ਹੋ ਜਾਣ ਤਾਂ ਠੀਕ ਹੈ, ਨਹੀਂ ਕਢਾਈ ਛੱਡੋ। ਐ ਘੂਰਦਾ ਮੇਰੇ ਅੰਨੀ ਬਈ, ਜਿਵੇਂ ਮੈਂ ਇਹਦੀ ਭੈਣ ਨਾਲ ਵਿਆਹ ਨਹੀਂ ਕਰਾਉਣਾ, ਉਹਨੂੰ ਕੱਟ ਕੇ ਲਿਜਾਣਾ। ਠੀਕ ਹੈ ਜੀ, ਕਰਾ ਲਿਓ ਇਲਾਜ। ਹਾਂ ਜੀ ਬਸ ਸਿੱਧਾ ਹਸਪਤਾਲ ਹੀ ਲੈ ਕੇ ਜਾਊਂਗਾ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਜੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਇਹ ਕਿਹਨੂੰ ਚੱਕ ਲਿਆ ਅੱਜ? ਇਹ ਡਾਕਟਰ ਸਾਹਿਬ ਹੈ ਜੀ। ਕਿਉਂ, ਡਾਕਟਰ ਨੇ ਮੇਰੀ ਸਾਈਕਲ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਣੀਆਂ? ਨਾਲੇ ਇਹ ਕਾਹਦਾ ਡਾਕਟਰ ਹੈ? ਉਹ ਇਹਨੂੰ ਕਹਿ ਇਹ ਗਲੂਕੋਸ ਲਵਾਵੇ, ਮਾੜਾ ਮੋਟਾ ਰੰਗ ਨਿਖਰੇ ਇਹਦਾ। ਨਹੀਂ ਜੀ, ਇਹ ਡਾਕਟਰ ਸਾਹਿਬ ਨੇ ਤੁਹਾਡੇ ਰਿਸ਼ਤੇ ਬਾਰੇ ਗੱਲ ਕਰਨੀ ਹੈ ਜੀ। ਮੇਰੇ ਰਿਸ਼ਤੇ ਬਾਰੇ? ਹਾਂਜੀ। ਹੈ ਸੱਚੀ? ਆਜੋ ਫਿਰ ਬਹਿ ਜਾਓ, ਫਿਰ ਤਾਂ ਪੜ੍ਹੇ ਲਿਖੇ ਖਾਨਦਾਨ ਦੀ ਕੁੜੀ ਹੈ। ਬੈਠੋ ਡਾਕਟਰ ਸਾਹਿਬ, ਬੈਠੋ। ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ, ਖਾਨਦਾਨ ਕਿਹੋ ਜਿਹਾ ਹੈ ਉਹਨਾਂ ਦਾ? ਬਹੁਤ ਚੰਗੀ ਨਸਲ ਦੀ ਹੈ ਜੀ। ਮਤਲਬ ਚੰਗੇ ਘਰੋਂ ਹੈ ਜੀ, ਖਾਂਦੇ ਪੀਂਦੇ ਘਰ ਦੀ ਹੈ। ਇਹ ਤਾਂ ਬਹੁਤ ਵਧੀਆ ਗੱਲ। ਹਾਂਜੀ ਰੰਗ ਕਿਹੋ ਜਿਹਾ ਹੈ? ਭੂਰੇ ਰੰਗ ਦੀ ਹੈ ਜੀ। ਭੂਰੇ? ਅੱਛਾ, ਫਿਰ ਤਾਂ ਬੇਮਾ ਵਰਗੀ ਲੱਗਦੀ ਹੋਣੀ ਹੈ। ਹਾਂਜੀ ਅੰਗਰੇਜ਼ੀ ਵੀ ਬੋਲਦੀ ਹੈ। ਅੰਗਰੇਜ਼ੀ? ਚਲੋ ਮਾੜਾ ਮੋਟਾ ਤਾਂ ਮੈਂ ਵੀ ਸਮਝ ਜਾਂਦਾ ਹੈ ਅੰਗਰੇਜ਼ੀ। ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ, ਸਵਾ ਕਿਹੋ ਜਿਹਾ ਹੈ ਉਹਨਾਂ ਦਾ? ਬਸ ਸਿੰਘਾਂ ਦੇ ਚੱਕ ਲੈਂਦੀ ਹੈ ਜੀ। ਮਤਲਬ ਉਪਰੇ ਬੰਦੇ ਨੂੰ ਨਿੱਕਰੇ ਵੜ ਦਿੰਦੀ ਜੀ, ਚਾਰੇ ਪੈਰ ਚੱਕ ਕੇ ਪੈ ਜਾਂਦੇ ਵੀ ਤੂੰ ਫੜਿਆ ਕਿਵੇਂ ਇੱਥੇ। ਹਾਂਜੀ ਉਪਰੇ ਕੋਈ ਵੀ ਬੰਦਾ ਹੋਵੇ। ਹਾਂਜੀ ਹਾਂਜੀ, ਮੈਨੂੰ ਇਹੀ ਜੀ ਚਾਹੀਦੀ ਹੈ। ਮੇਰਾ ਨਾ ਸਵਾ ਥੋੜਾ ਠੰਡਾ ਮਿੱਠਾ ਜਾਏ। ਹਾਂਜੀ ਸਾਰੇ ਪਿੰਡ ਦੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਆ। ਇੱਕ ਗੱਲ ਤਾਂ ਦੱਸਿਓ ਡਾਕਟਰ ਸਾਹਿਬ, ਉਮਰ ਕਿਹੀ ਜੀ ਹੈ ਉਹਨਾਂ ਦੀ? ਬਸ ਉਮਰ ਕਿਹੜੀ ਹੈ ਜੀ, ਪਹਿਲੇ ਸੂਏ ਤਾਂ ਹੈ। ਬਸ ਉਹ ਜਿਹੜਾ
ਪਹਿਲਾਂ ਹੀ ਸੂਆ ਲੱਗਦਾ ਹੁੰਦਾ ਜੀ ਇੱਥੇ ਬਚਪਨ ਦੇ ਵਿੱਚ ਲੋਦੇ ਵਾਲਾ, ਉਹੀ ਲੱਗਿਆ ਜੀ, ਮੁੜ ਕੇ ਮਾਂ ਦਿੱਤੀ ਬਿਮਾਰ ਹੀ ਨਹੀਂ ਹੋਈ। ਜਮਾ ਮੇਰੇ ਤੇ ਗਈ ਹੈ, ਮੇਰੇ ਵੀ ਬਸ ਇੱਕੋ ਸੂਆ ਲੱਗਿਆ ਸੀਗਾ ਇੱਥੇ, ਮੈਂ ਵੀ ਮੁੜ ਕੇ ਕਦੇ ਬਿਮਾਰ ਨਹੀਂ ਪਿਆ। ਹਾਂਜੀ ਤੁਹਾਡੇ ਤਾਂ ਬੋਰੀਆਂ ਸਿਆਉਣ ਵਾਲਾ ਲੱਗਿਆ ਸੀ ਨਾ ਡਾਕਟਰ ਸਾਹਿਬ। ਨੈਣ ਨਕਸ਼ ਕਿਹੋ ਜਿਹੇ ਆ ਉਹਨਾਂ ਦੇ? ਐਡੀ ਮੋਟੀ ਅੱਖ ਆ ਜੀ, ਅੱਖ ਛੋਟੀ ਕਰ ਲੈ, ਐਡੀ ਆ ਜੀ, ਐਡੀ ਅੱਖ ਤਾਂ ਮੱਝ ਦੀ ਹੁੰਦੀ ਹੈ। ਤੇ ਅਸੀਂ ਮੱਝ ਦੀ ਗੱਲ ਹੀ ਕਰਦੇ ਹਾਂ ਜੀ। ਖੜ ਜਾ ਤੇਰੀ ਲੈ, ਹੁਣ ਅਸੀਂ ਡੰਗਰਾਂ ਜੋਗੇ ਰਹਿ ਗਏ। ਚਾਚਾ ਘਰ ਹੀ ਹੈ? ਨਹੀਂ ਬਠਿੰਡੇ ਗਿਆ ਹੋਇਆ ਮੈਂ। ਤੈਨੂੰ ਕਿੰਨੀ ਵਾਰ ਸਮਝਾਇਆ ਇੱਥੇ ਨਾ ਬੜਿਆ ਕਰ, ਹੁਣ ਕਿਹਨੂੰ ਚੱਕ ਲਿਆ ਆਪਣੇ ਨਾਲ, ਦਫਾ ਹੋ ਇੱਥੋਂ। ਇਹ ਤਾਂ ਫੌਜੀ ਹੈ ਜੀ। ਫੌਜੀ? ਇਹ ਤਾਂ ਰਮ ਦੇਣਾ ਆਇਆ ਮੈਨੂੰ। ਨਹੀਂ ਜੀ ਰਿਸ਼ਤਾ ਲੈ ਕੇ ਆਇਆ ਜੀ। ਰਿਸ਼ਤਾ? ਹਾਂਜੀ ਆ ਜਾ ਇੱਥੇ ਬਹਿ ਜਾ। ਇਹਦੀ ਭੂਆ ਹੈ ਜੀ। ਪਹਿਲਾਂ ਤੂੰ ਉਹ ਡੰਗਰ ਡਾਕਟਰ ਚੱਕ ਲਿਆਇਆ ਸੀ ਜਿਹੜਾ ਮੱਝ ਦਾ ਰਿਸ਼ਤਾ ਲਿਆਇਆ ਸੀ, ਹੁਣ ਇਹ ਫੌਜੀ ਲਿਆ, ਇਹ ਤੋਪ ਦਾ ਰਿਸ਼ਤਾ ਕਰੂਗਾ ਮੇਰੇ ਨਾਲ? ਨਹੀਂ ਜੀ ਇਹ ਤਾਂ ਆਪਦੀ ਸਗੀ ਭੂਆ ਦਾ ਕਰਾਊਗਾ ਜੀ। ਓਏ ਜਦੋਂ ਭੂਆ ਵੱਡੀ ਉਮਰ ਦੀ ਹੋ ਗਈ ਹੁਣ ਮੇਰੇ ਗਲਮਣ ਨੂੰ ਫਿਰਦੇ ਆ ਇਹ। ਤੁਸੀਂ ਵੀ ਤਾਂ ਸੁੱਖ ਨਾਲ ਵੱਡੀ ਉਮਰ ਦੇ ਹੋ ਜੀ, ਤੁਸੀਂ ਕਿਹੜਾ ਚੁੰਗਣੀ ਪਾਈ ਹੈ ਮੂੰਹ 'ਚ? ਇਹ ਤਾਂ ਇਹਨਾਂ ਦੇ ਛੋਟੇ ਹੁੰਦਿਆਂ ਦੇ ਮਾਂ ਪਿਓ ਦੀ ਡੈਥ ਹੋ ਗਈ ਸੀ ਤੇ ਭੂਆ ਨਹੀਂ ਪਾਲਿਆ ਜੀ ਇਹ, ਇਹ ਹੁਣ ਕਹਿੰਦੇ ਅਸੀਂ ਜਵਾਨ ਹੋ ਗਏ ਭੂਆ ਦਾ ਵੀ ਵਿਆਹ ਕਰ ਦਈਏ। ਹਾਂਜੀ ਫੌਜੀ ਸਾਹਿਬ। ਜਵਾਨ ਸਟੈਂਡ ਅਪ, ਖੜੇ ਹੋਣ ਨੂੰ ਕਹਿ ਰਿਹਾ ਜੀ। ਕਿਉਂ ਕੱਦ ਨਾਪਣਾ ਹੈ ਮੇਰਾ? 5'10" ਕੱਦ ਹੈ ਜੀ, 85 ਕਿਲੋ ਭਾਰ ਹੈ। ਜਵਾਨ ਛਾਤੀ ਚੌੜੀ ਕਰ ਬਈ, ਜਿੰਨੀ ਕੁ ਰੱਬ ਨੇ ਦਿੱਤੀ ਹੈ ਉਨੀ ਤਾਂ ਚੌੜੀ ਕੀਤੀ ਹੈ, ਹੋਰ ਉੱਤੋਂ ਮੈਂ ਟਰੈਕਟਰ ਲੰਘਾ ਲਾ। ਜਵਾਨ ਸਾਵਧਾਨ, ਐਸ ਦੋਜੀ ਤੋਂ ਤਾਂ ਅਸੀਂ ਹਮੇਸ਼ਾ ਹੀ ਸਾਵਧਾਨ ਰਹੀਦਾ ਹੈ ਜੀ। ਸਾਨੂੰ ਰਿਸ਼ਤਾ ਮਨਜ਼ੂਰ ਆ ਫੁੱਫੜ ਜੀ। ਅੱਛਾ ਧੀਏ ਚਾਹ ਲੈ ਕੇ ਆ। ਚਾਚਾ ਕੁੜੀਆਂ ਨੂੰ ਬਗਾਨੇ ਬੰਦਿਆਂ ਦੇ ਮੂਹਰੇ ਬੁਲਾਉਂਦੇ ਚੰਗੇ ਲੱਗਦੇ, ਮੈਂ ਲੈ ਕੇ ਆਉਣਾ। ਫਿਰ ਐ ਕਰੀ, ਹਾਂਜੀ ਚਾਹ ਦੇ ਨਾਲ ਨਾ ਮਾੜਾ ਮੋਟਾ ਮਿੱਠਾ ਵੀ ਲੈ ਆਈ। ਠੀਕ ਹੈ, ਡੰਗਰਾਂ ਨਾਲ ਰਹਿ ਕੇ ਤੂੰ ਵੀ ਸਿਆਣਾ ਹੋ ਗਿਆ ਹੁਣ। ਬਸ ਇਹੀ ਤਾਂ ਫਾਇਦਾ ਜੀ ਤੁਹਾਡੇ ਨਾਲ ਰਹਿਣ ਦਾ। ਕਿਵੇਂ ਆ ਨਿੰਮੀ, ਕਿਹੜੀਆਂ ਸੋਚਾਂ 'ਚ ਫਿਰਦੀਆਂ? ਓਏ ਉਧਰ ਦੀ ਆ ਜਾ, ਹਮੇਸ਼ਾ ਪਾਕਿਸਤਾਨ ਵਾਲੇ ਪਾਸੇ ਮਿਲਦੀਆਂ ਮੈਨੂੰ। ਮੈਂ ਠੀਕ ਆ। ਨੇੜੇ ਤਾਂ ਹੋ ਜਾ ਯਾਰ, ਤੇਰਾ ਬਾਪੂ ਕਹੇ ਜਾ ਮੈਨੂੰ ਗਦੀ ਗੇਟ 'ਚ ਹੀ ਪਰਖਿਆ ਨੇ ਤਾਂ। ਦੇਖ ਗਦੀ ਗੇਟ ਦਾ ਤਾਂ ਮੈਨੂੰ ਪਤਾ ਨਹੀਂ, ਤੂੰ ਫਟਾਫਟ ਮੇਰੇ ਡੈਡੀ ਨੂੰ ਮਨਾ ਲਾ, ਕਿਤੇ ਮੇਰੀ ਵਿਆਹ ਦੀ ਉਮਰ ਲੰਘ ਜੇ। ਉਹ ਮੇਰੀ ਕਿਹੜਾ ਖੜੀ ਹੈ, ਮੇਰੀ ਵੀ ਤਾਂ ਲੰਘ ਹੀ ਰਹੀ ਹੈ, ਸੁੱਖ ਨਾਲ ਤੇਰੇ ਨਾਲ ਚਰਕਾ ਤਾਂ ਮੂਹਰੀ ਚੱਲ ਰਹੀ ਹੈ। ਚੱਲ ਛੱਡ, ਕਿਉਂ ਪਾਥੀ ਵਰਗਾ ਮੂੰਹ ਕੀਤਾ, ਮੈਂ ਤਾਂ ਮਜ਼ਾਕ ਕਰਦੀ ਸੀ। ਜਿਹੜਾ ਟਾਈਮ ਮਿਲਦਾ ਉਹ ਤੂੰ ਮਜ਼ਾਕ ਚ ਲੰਘਾ ਦਿੰਨੀ ਹੈ, ਘੱਟ ਤੋਂ ਘੱਟ ਇਸ ਟਾਈਮ ਤਾਂ ਪਿਆਰ ਦੀਆਂ ਗੱਲਾਂ ਕਰ ਲਿਆ ਕਰ ਦੋ। ਮਾਰ ਫਿਰ ਕੋਈ ਕੱਦੂ ਚ ਤੀਰ, ਆਪਣਾ ਵਿਆਹ ਹੋ ਜੇ ਛੇਤੀ ਛੇਤੀ। ਉਹ ਜੇ ਮੇਰੇ ਬਸ ਹੋਵੇ ਕੱਦੂ ਚ ਤਾਂ ਕੀ, ਮੈਂ ਤਾਂ ਤੇਰੇ ਬਾਪੂ ਦੇ ਢਿੱਡ ਚ ਵੀ ਮਾਰਾਂ। ਉਹ ਲੋਕਾਂ ਦੇ ਪਿਓ ਹੁੰਦੇ, ਉਹਨਾਂ ਨੂੰ ਫਿਕਰ ਹੁੰਦਾ ਆਪਦੀ ਧੀ ਦੀ ਡੋਲੀ ਤੋਰਨ ਦਾ, ਉਧਰੋਂ ਤੇਰੇ ਵਾਲਾ ਬਾਪੂ ਹੈ ਉਹ ਆਪਦਾ ਡੋਲਾ ਲਿਆਉਣ ਨੂੰ ਫਿਰਦਾ। ਬਣ ਤਾਂ ਬਹੁਤ ਕੁਛ ਜਾਣਾ ਸੀ, ਜੇ ਤੂੰ ਵੱਧ ਨਾ ਲੱਗਿਆ ਹੋਵੇ। ਜਾਵਾਂ? ਜਾ ਜਾ, ਖੜ ਜਾ, ਹੱਥ ਤਾਂ ਲਾ ਕੇ ਦੇਖ ਲੈਣ ਦੇ। ਠੀਕ ਆ ਗੱਲ, ਚਲੋ ਫੌਜ ਸਾਹਿਬ ਚੱਲੀਏ। ਕੀ ਗੱਲ, ਚਾਹ ਨਹੀਂ ਬਣੀ? ਨਹੀਂ ਜੀ ਸਲਾਹੀ ਬਣ ਗਈ ਸੀ ਜੀ। ਕਾਹਦੀ? ਵੀ ਇਹ ਚਾਹ ਤਾਂ ਪੀਂਦੇ ਨੀ ਜੀ, ਰਾਮੀ ਪੀਂਦੇ ਆ। ਅੱਛਾ ਅੱਛਾ ਅੱਛਾ।
ਫਿਰ ਰਿਸ਼ਤਾ ਪੱਕਾ ਸਮਝਾ। ਲੈ ਫੁੱਫੜ ਦਾ ਕਹਿਤਾ ਜੀ ਮੁੰਡੇ ਨੇ ਤੁਹਾਨੂੰ, ਹੋਰ ਹੁਣ ਰਿਸ਼ਤਾ ਸਿਮੈਂਟ ਨਾਲ ਪੱਕਾ ਕਰਨਾ। ਤੁਸੀਂ ਐਂ ਕਰੋ, 2000 ਰੁਪਇਆ ਕੱਢੋ ਜੀ। ਕਾਹਦੇ ਵਾਸਤੇ? ਇਹਨੂੰ ਰੰਮ ਦੀ ਬੋਤਲ ਨਹੀਂ ਪਿਉਣੀ? ਇਹ ਬੋਤਲ ਹੀ ਲੈ ਕੇ ਦੇਣੀ ਹੈ ਕਿ ਪੂਰੀ ਪੇਟੀ ਲੈ ਕੇ ਦੇਣੀ ਹੈ? ਨਾਲ ਮੁਰਗਾ ਵੀ ਜੀ, ਗਿਣ ਕੇ ਰੱਖਦੇ ਜੀ। ਹਾਂ, ਜਵਾਨ ਪਿੱਛੇ ਮੁੜੇਂਗੇ ਪਿੱਛੇ ਮੁੜ। ਤੂੰ ਨਹੀਂ ਮੁੜਿਆ ਪਿੱਛੇ? ਨਹੀਂ, ਕੱਲੇ ਜਵਾਨ ਨਹੀਂ ਕਹਿਣਾ ਜੀ। ਦਾਏ ਸੇ ਤੇਜ਼ ਚਲੇਂਗੇ ਤੇਜ਼ ਚਲ। ਸਤਿ ਸ਼੍ਰੀ ਅਕਾਲ ਜੀ। ਇਹ ਦੂਜੀ ਵੀ ਕਦੇ ਕੋਈ ਸਿੱਧਾ ਕੰਮ ਨਹੀਂ ਕਰਦਾ। ਮੈਂ ਇਹਨੂੰ ਸਿਰੇ ਬੰਨ ਕੇ ਲਿਆਉਣਾ ਸੀਗਾ, ਇਹ ਚੁੰਨੀ ਚੜਾ ਕੇ ਹੀ ਲਿਆ। ਆਓ ਜੀ, ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲੋਕੀ ਕੀ ਕਹਿਣਗੇ ਬਈ ਸਾਧੂ ਕੁੜੀ ਭਜਾ ਕੇ ਲਿਆਇਆ ਕਰੇ? ਤੁਸੀਂ ਲੋਕਾਂ ਦਾ ਫਿਕਰ ਨਾ ਕਰੋ ਜੀ, ਲੋਕਾਂ ਨੂੰ ਸਭ ਪਤਾ ਜੀ ਵੀ ਤੁਹਾਡੇ ਤੋਂ ਤੁਰਿਆ ਤਾਂ ਜਾਂਦਾ ਨੀ, ਭਜਾ ਕੇ ਕਿੱਥੇ ਲੈ ਕੇ ਆਉਂਗੇ? ਨਾਲੇ ਇਹ ਭੂਆ ਨੀ ਹੈਗੀ ਜੀ, ਮੁੰਡੇ ਦੀ ਮਾਸੀ ਹੈ ਜੀ। ਭੂਆ ਵਾਸਤੇ ਆਹ ਘਰ ਬਾਰ ਦੇਖਣਾ ਆਇਆ ਜੀ ਆਪਣਾ। ਅੱਛਾ 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 ਅੱਛਾ। ਹਾਂਜੀ, ਦੇਖੋ ਜੀ, ਗੱਲਬਾਤ ਕੀ ਦੱਸਾਂ ਤੁਹਾਨੂੰ, ਊਂ ਤਾਂ ਰੱਬ ਦਾ ਦਿੱਤਾ ਸਭ ਕੁਛ ਹੈ ਸਾਡੇ ਕੋਲ। ਇਹ ਸਾਡਾ ਛੋਟਾ ਜਿਹਾ ਪਰਿਵਾਰ ਹੈ, ਇੱਕ ਮੇਰੀ ਭਤੀਜੀ ਹੈ, ਇੱਕ ਮੈਂ, ਕੋਈ ਵੱਡੀ ਕਬੀਲਦਾਰੀ ਨਹੀਂ ਹੈ। ਮੈਂ ਕਿਹਾ ਜੀ, ਕੁੜੀ ਦੇ ਮਾਂ ਪਿਓ ਕਿੱਥੇ ਸੁੱਖ ਨਾਲ ਦਿਖਦੇ ਨਹੀਂ। ਇਹ ਕਿਹੜੀ ਗੱਲ ਪੁੱਛ ਲਈ ਤੁਸੀਂ? ਦੇਖੋ, ਸਾਡੀ ਨਿੰਮੋ 4 ਸਾਲਾਂ ਦੀ ਸੀਗੀ ਜਦੋਂ ਇੱਕ ਸੜਕ ਹਾਦਸੇ 'ਚ ਮੇਰਾ ਭਾਈ ਅਤੇ ਭਰਜਾਈ, ਜਾਣੀ ਕਿ ਇਹਦੇ ਮੰਮੀ ਡੈਡੀ, ਦੋਵੇਂ ਰੱਬ ਨੂੰ ਪਿਆਰੇ ਹੋ ਗਏ। ਉਸ ਤੋਂ ਬਾਅਦ ਮੈਂ ਹੀ ਇਹਦਾ ਮਾਂ ਹੈ, ਮੈਂ ਹੀ ਇਹਦਾ ਪਿਓ ਹੈ। ਇਹਦੇ ਪਾਲਣ ਪੋਸ਼ਣ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਵਿਆਹ ਦੀ ਉਮਰ ਕਦੋਂ ਲੰਘ ਗਈ ਮੇਰੀ। ਚਾਚਾ, ਹੁਣ ਤੇਰੀ ਤਾਂ ਉਮਰ ਲੰਘ ਗਈ, ਕਿਤੇ ਨਿੰਮੋ ਦੀ ਵੀ ਨਾ ਲੰਘਾ ਦੇ। ਮੈਂ ਕਿਹਾ ਜੀ, ਮੁੰਡੇ ਨੇ ਕਿਹੜੀ ਸਿਆਣੀ ਗੱਲ ਕੀਤੀ ਆ, ਹਨਾ? ਵਿਆਹ ਦੀ ਤਾਂ ਉਮਰ ਲੰਘਣੀ ਨਹੀਂ ਚਾਹੀਦੀ, ਵਿਆਹ ਤਾਂ ਟਾਈਮ ਸਿਰ ਹੀ ਹੋਣਾ ਚਾਹੀਦਾ। ਤੂੰ ਕੱਦੂ ਚ ਕਹਿੰਦੀ ਸੀ, ਹੁਣ ਤਾਂ ਭਿੰਡੀਏ ਲਿਆਤੀ ਤੇਰੇ ਬਾਪੂ ਨੂੰ। ਨਹੀਂ ਤਾਂ ਫਿਰ ਮੇਰੇ ਵਾਂਗੂ ਜ਼ਿੰਮੇਵਾਰੀਆਂ ਨਿਭਾਉਂਦੀ ਨਿਭਾਉਂਦੀ ਜੀ। ਦੇਖੋ ਜੀ, ਤੁਸੀਂ ਜ਼ਿਆਦਾ ਚੀ ਚੀ ਨਾ ਕਰੋ, ਨਹੀਂ ਮੇਰਾ ਇੱਥੇ ਜੀ ਲੱਗ ਜਾਣਾ। ਤੁਹਾਡਾ ਤਾਂ ਜੀ ਲੱਗ ਗਿਆ ਜੀ, ਹੁਣ ਨਿੰਮੋ ਦਾ ਜੀ ਲਵਾਉਣ ਵਾਲਾ ਵੀ ਲਿਆਓ ਕੋਈ। ਲਓ ਜੀ, ਗੱਲਾਂ ਗੱਲਾਂ ਚ ਮੈਂ ਚਾਹ ਪਾਣੀ ਪੁੱਛਣਾ ਭੁੱਲ ਗਿਆ। ਚਾਹ ਪਾਣੀ ਦੀ ਕਿਹੜੀ ਗੱਲ ਹੈ ਜੀ, ਛੜੇ ਬੰਦੇ ਸਾਹਮਣੇ ਸੋਹਣੀ ਜਨਾਨੀ ਆ ਜੇ, ਛੜਾ ਬੰਦਾ ਸਾਹ ਲੈਣਾ ਭੁੱਲ ਜੇ। ਹੱਥ ਐ ਕਰ ਲੋ ਜੀ, ਮਾਰਨਾ ਇੱਧਰ। ਮੇਰੇ ਪੈਰੇ ਓ ਮਾਹੀ, ਓ ਦੇਖੋ ਸਾਧੂ ਚੜਾ ਕਿਵੇਂ ਚੌੜਾ ਹੋ ਕੇ ਤੁਰ ਕੇ ਆਉਂਦਾ। ਜਿਹੜੇ ਹਿਸਾਬ ਨਾਲ ਤੁਰਿਆ ਆਉਂਦਾ, ਮੈਨੂੰ ਤਾਂ ਲੱਗਦਾ ਚੀਗਾ ਪਈਆਂ ਇਹਦੇ। ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆ ਜਾ ਚਾਚਾ, ਬਹਿ ਜਾ, ਸੁਣਾ ਕੋਈ ਦੁੱਖ ਸੁੱਖ ਦੀ ਗੱਲ, ਨਾਲੇ ਹੋਈ ਕੋਈ ਪੱਕ ਠੱਕ ਕੇ ਨਹੀਂ। ਦੇਖੋ ਵੀਰੇ, ਖੱਪ ਤਾਂ ਨਾ ਪਾਇਓ, ਗੱਲ ਸਿਰਫ ਤੁਹਾਨੂੰ ਹੀ ਦੱਸਣ ਲੱਗਿਆ ਹੈ। ਗੱਲ ਤਾਂ ਜਮਾ ਇੱਟ ਵਰਗੀ ਪੱਕੀ ਹੋ ਗਈ ਹੈ। ਕੁੜੀ ਦਾ ਮਾਮਾ ਵੀ ਮੈਨੂੰ ਦੇਖ ਗਿਆ, ਦੇਖ ਦੇਖ, ਤੇ ਉਹਦੀ ਮਾਸੀ ਵੀ ਮੈਨੂੰ ਪਸੰਦ ਕਰ ਗਈ ਹੈ। ਅੱਛਾ,
ਤੁਸੀਂ ਵੀ ਸਵਾਲ ਹੁਣ ਨਵੇਂ ਕੋਟ ਪੈਂਟ ਹਾਂ ਇਹਦਾ ਮਤਲਬ ਹੁਣ ਗਰਮੀਆਂ ਸਾਡੇ ਕੋਟ ਪੈਂਟ ਪਵਾਓਗੇ ਤੁਸੀਂ ਓਏ ਛੋਟੇ ਵੀਰ ਇਹ ਸਾਧੂ ਸਿੰਘ ਦਾ ਵਿਆਹ ਹੈ ਕੋਈ ਲਾਂਡੀ ਬੁੱਚੀ ਦਾ ਵਿਆਹ ਹੈ ਕੋਈ ਹਾਂ ਬਰਾਤੀ ਹੈ ਉਹੀ ਨਾਲ ਲੈ ਕੇ ਜਾਣਾ ਹੈ ਜਿਹਦੇ ਕੋਲ ਆਪਣਾ ਆਪਣਾ ਕੋਟ ਪੈਂਟ ਹੋਵੇ ਹਾਂ ਤੇ ਲੰਬੜਾ ਦਾ ਜਾਗਰ ਵੀ ਜਾਊ ਵਿਆਹ ਉਹਨੇ ਨਹੀਂ ਲੈ ਕੇ ਜਾਣਾ ਬੇਸ਼ੱਕ ਉਹਦੇ ਕੋਲ ਕੋਟ ਪੈਂਟ ਹੈ ਪਰ ਉਹ ਕਿਲੋ ਪਕੌੜੇ ਤੇ ਥਾਲ ਜਲੇਬੀਆਂ ਦਾ ਖਾ ਜਾਂਦਾ ਇਹ ਜੇ ਭੁੱਖੜ ਨੂੰ ਨਹੀਂ ਲੈ ਕੇ ਜਾਣਾ ਮੈਂ ਤੇ ਨਾਜਰ ਨੂੰ ਨਾਜਰ ਨਾਜਰ ਵੀ ਨਹੀਂ ਜਾਊ ਉਹਦੇ ਕੋਲ ਆਪਣੀ ਗੱਡੀ ਨਹੀਂ ਹੈ ਯਾਰ ਉਹ ਕੀ ਨਾਂ ਸੀ ਤੇਰੇ ਬੇਲੀ ਦਾ ਜਿਹੜਾ ਭੰਗੜਾ ਬਹੁਤ ਸੋਹਣਾ ਪਾਉਂਦਾ ਯਾਰ ਮਲਕੀਤ ਦੀ ਗੱਲ ਕਰਦਾ ਹਾਂ ਹਾਂ ਮਲਕੀਤ ਉਹਨੂੰ ਜ਼ਰੂਰ ਨਾਲ ਲੈ ਕੇ ਜਾਣਾ ਉਹ ਨਾ 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 ਕਿਉਂ ਦੇਖੋ ਨੱਚਣ ਟੱਪਣ ਵਾਲਿਆਂ ਨੂੰ ਤਾਂ ਬਿਲਕੁਲ ਨਹੀਂ ਲੈ ਕੇ ਜਾਣਾ ਗੱਲ ਸੁਣ ਲਓ ਮੇਰੀ ਧਿਆਨ ਨਾਲ ਬਰਾਤ ਵਿੱਚ ਗਿਣੇ ਚੁਣੇ ਜੇ ਬੰਦੇ ਜਾਣਗੇ ਜਿਨ੍ਹਾਂ ਕੋਲ ਆਪਣੀਆਂ ਆਪਣੀਆਂ ਗੱਡੀਆਂ ਹੋਣ ਕੋਟ ਪੈਂਟ ਪਾਉਂਦੇ ਹੋਣ ਦਾਰੂ ਨਾ ਪੀਂਦੇ ਹੋਣ ਨਾ ਹੀ ਖੱਪ ਖਾਨਾ ਪਾਉਂਦੇ ਹੋਣ ਬਸ ਉਹ ਚਾਚਾ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਨਾ ਬਰਾਤ 'ਚ ਖਾਣ ਪੀਣ ਵਾਲੇ ਲੈ ਕੇ ਜਾਣੇ ਹੈ ਨਾ ਨੱਚਣ ਟੱਪਣ ਵਾਲੇ ਲੈ ਕੇ ਜਾਣੇ ਹੈ ਤੇ ਫਿਰ ਮੈਨੂੰ ਐਂ ਦੱਸ ਵੀ ਵਿਆਹ 'ਤੇ ਚੱਲੇ ਹਾਂ ਕਿ ਆਪਾਂ ਉੱਥੇ ਮਰਗ ਦੇ ਭੋਗਦੇ ਉਹ ਚਾਚਾ ਮੈਨੂੰ ਵੀ ਲੈ ਜੀ ਬਰਾਤ 'ਚ ਤੇਰਾ ਸਰਵਾਲਾ ਬਣ ਜੂ ਹੈਂ ਉਹ ਨਾ ਨਾ ਛੋਟੇ ਵੀਰ ਸਰਵਾਲੇ ਵਾਲੀ ਗੱਲ ਜਮਾ ਹੀ ਝੂਠ ਹੈ ਨਾ ਘੋੜੀ ਤੇ ਭਾਰ ਪਾਣਾ ਵਾਧੂ ਦਾ ਨਾ ਘੋੜੀ ਵਾਲਿਆਂ ਤੇ ਵਿਆਹ ਕਰਨਾ ਗੱਜ ਬੱਜ ਕੇ ਕੁੜੀਆਂ ਦਾ ਗਹਿਣਾ ਤਾਂ ਉਹਨਾਂ ਦੀ ਇੱਜ਼ਤ ਆਬਰੂ ਹੁੰਦੀ ਹੈ ਧੀਏ ਮੈਂ ਤਾਂ ਇਹੀ ਚਾਹੁੰਦਾ ਕਿ ਛੇਤੀ ਤੋਂ ਛੇਤੀ ਤੇਰੇ ਹੱਥ ਪੀਲੇ ਕਰਦਾ ਇਹ ਦੇਖੀ ਇਹ ਤੇਰੇ ਬਹੁਤ ਹੀ ਸੋਹਣਾ ਲੱਗੂ ਸਤਿ ਸ਼੍ਰੀ ਅਕਾਲ ਜੀ ਚਾਚਾ ਕਿਵੇਂ ਟੂਮਾ ਜੀਆਂ ਖੰਡਾਈ ਬੈਠੇ ਕਿਤੇ ਗਹਿਣੇ ਤਾਂ ਨਹੀਂ ਧਰਨ ਚੱਲਿਆ ਉਹ ਤੇਰੀ ਉਹ ਪਤੰਦਰਾ ਜੇ ਸ਼ਕਲ ਚੰਗੀ ਨਹੀਂ ਤਾਂ ਗੱਲ ਤਾਂ ਚੰਗੀ ਕਰਿਆ ਕਰ ਹਾਂਜੀ ਐ ਦੱਸਿਓ ਉਹ ਦਿਨ ਤਰੀਕ ਪੱਕੀ ਹੋ ਗਈ ਤੁਹਾਡੀ ਮੈਂ ਕਿਹਾ ਜੀ ਤਰੀਕ ਵੀ ਪੱਕੀ ਹੋ ਜੂਗੀ ਪਹਿਲਾਂ ਜਿਹੜੀਆਂ ਆਪਣੀਆਂ ਸਿਰ ਪਈਆਂ ਜ਼ਿੰਮੇਵਾਰੀਆਂ ਉਹਨਾਂ ਬਾਰੇ ਤਾਂ ਸੋਚੀਏ ਆਪਾਂ ਕੀ ਮਤਲਬ ਹੈ ਤੁਹਾਡਾ ਲੈ ਹੁਣ ਮਤਲਬ ਵੀ ਮੈਂ ਸਮਝਾਵਾਂ ਮੈਂ ਕਿਹਾ ਜੀ ਕੁੜੀ ਆਪਣੇ ਘਰੇ ਜਵਾਨ ਬੈਠੀ ਹੈ ਉਹਨੂੰ ਤੋਰਨ ਬਾਰੇ ਸੋਚੋ ਇਹ ਗੱਲ ਤਾਂ ਮੈਂ ਵੀ ਹਮੇਸ਼ਾ ਸੋਚਦਾ ਰਹਿੰਦਾ ਕਿ ਇਸ ਜ਼ਿੰਮੇਵਾਰੀ ਨੂੰ ਛੇਤੀ ਤੋਂ ਛੇਤੀ ਨਿਭਾਵਾਂ ਪਰ ਕੋਈ ਚੰਗਾ ਮੁੰਡਾ ਮਿਲੇ ਤਾਂ ਹੈ ਨਾ ਲੈ ਚੰਗਾ ਮੁੰਡਾ ਤਾਂ ਤੁਹਾਡੇ ਅੱਖਾਂ ਮੂਹਰੇ ਬੈਠਾ ਸਾਹਮਣੇ ਬੈਠਾ ਤਾਂ ਹੈ ਦੇਖੋ ਤਾਂ ਸਹੀ ਕਿਹੜਾ ਆਹਾ ਲੈ ਦੇਖੋ ਕਿੰਨਾ ਸੁਨੱਖਾ ਇਹ ਇਹ ਮੁੰਡਾ ਹੈ ਇਹ ਤਾਂ ਦੋਜੀ ਹੈ ਦੋਜੀ ਕਿਹੜਾ ਸਿਮੈਂਟ ਦਾ ਬਣਿਆ ਹੋਇਆ ਜੀ ਇੱਕ ਗੱਲ ਯਾਦ ਰੱਖਿਓ ਚਾਚਾ ਜੀ ਤੁਹਾਡੀ ਧੀ ਨੂੰ ਜਿੰਨਾ ਮੈਂ ਖੁਸ਼ ਰੱਖ ਸਕਦਾ ਕੋਈ ਨਹੀਂ ਰੱਖ ਸਕਦਾ ਪੂਰੇ ਦੁੱਧ ਮੱਖਣਾਂ ਦੇ ਵਿੱਚ ਖੇਡੂਗੀ ਹਾਂਜੀ ਡੈਡੀ ਜੀ ਮੈਂ ਇਹਨਾਂ ਨਾਲ ਬਹੁਤ ਖੁਸ਼ ਰਹੂੰਗੀ ਲੈ ਜੇ ਜਵਾਕ ਖੁਸ਼ ਨੇ ਆਪਾਂ ਹੋਰ ਕੀ ਲੈਣਾ ਕਰੋ ਡਬਲ ਖੁਸ਼ੀਆਂ ਦਿਓ ਹੱਥ ਫੜਾਓ ਇਹਨਾਂ ਨੂੰ ਲਓ ਲਓ ਪੁੱਤ ਫੜੋ ਚਲੋ ਮੁਬਾਰਕਾਂ ਜੀ ਮੈਂ ਤੁਹਾਡੇ ਵਾਸਤੇ ਚਾਹ ਬਣਾਉਂਦਾ ਡੈਡੀ ਜੀ ਮੇਰੇ ਵਾਸਤੇ ਦੁੱਧ ਚ ਪੱਤੀ ਪਾ ਲਿਆਇਓ ਉਹ ਮੂਰਖਾ ਦੁੱਧ ਚ ਪੱਤੀ ਪਾਈ ਹੈ ਹੋਰ ਕਿਹੜੀ ਦੁੱਧ ਪੱਤੀ ਭਾਲਦਾ ਹੈ ਤੂੰ ਮੇਰੀ ਗੱਲ ਸੁਣੋ ਜੀ ਚਾਹ ਨਾ ਮੈਂ ਬਣਾਉਂਦੀ ਹਾਂ ਚੁੱਲ੍ਹੇ ਚੌਂਕੇ ਚ ਤਾਂ ਔਰਤਾਂ ਹੀ ਵਧੀਆ ਲੱਗਦੀਆਂ ਚਾਹ ਬਣਾਉਂਦੀਆਂ ਅੱਜ ਤਾਂ ਤੂੰ ਬਣਾ ਦੇਗੀ ਪਰ ਤੀਹ ਤੋਰਨ ਤੋਂ ਬਾਅਦ ਸਾਰੀ ਉਮਰ ਹੱਥ ਤਾਂ ਮੈਂ ਹੀ ਲੂਣੇ ਹੈ ਮੈਂ ਕਿਹਾ ਜੀ ਤੁਸੀਂ ਹੁਕਮ ਤਾਂ ਕਰੋ ਮੈਂ ਤਾਂ ਸਾਰੀ ਉਮਰ ਚਾਹ ਬਣਾਉਣ ਵਾਸਤੇ ਤਿਆਰ ਹਾਂ ਬਸ ਚਾਹ ਹੀ ਬਣਾਇਆ ਕਰੇਂਗੀ ਕਿ ਸਾਰਾ ਕੰਮ ਕਰਿਆ ਕਰੇਂਗੀ ਸਾਰੇ ਕਰ ਦੂੰ